ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਦੇ ਮਾਲੀਗੰਜ ਇਲਾਕੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੋਲੀ ਚੱਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਵਾਪਰੀ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਹੈ। ਏਵਨ ਗਾਰਮੈਂਟ ਦੇ ਮਾਲਿਕ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਇਹ ਘਟਨਾ ਰਾਤ ਦੇ ਸਮੇਂ ਵਾਪਰੀ। ਬੰਦੂਕ ਦੀ ਨੋਕ ਤੇ ਉਸ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਗੋਲੀ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਏਵਨ ਗਾਰਮੈਂਟ ਦੇ ਮਾਲਿਕ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਗੋਲੀ ਵੀ ਚੱਲੀ ਹੈ। ਪਰ ਸੁੱਖ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਪੀੜਤ ਵਿਅਕਤੀ ਮੀਡੀਆ ਦੇ ਅੱਗੇ ਆਉਣ ਤੋਂ ਡਰ ਰਿਹਾ ਹੈ। ਉੱਥੇ ਇਲਾਕੇ ਨਿਵਾਸੀਆਂ ਦਾ ਕਹਿਣਾ ਹੈ ਲਗਭਗ 10 ਵਜੇ ਦਾ ਟਾਈਮ ਸੀਗਾ। ਇੱਧਰੋਂ ਮੇਰਾ ਬੇਟਾ ਬਾਹਰ ਨਿਕਲ ਲੱਗਿਆ ਸੀ, ਬਾਜ਼ਾਰ ਦੇ ਵਿੱਚ ਘਰੋਂ ਨਿਕਲਿਆ ਸੀ। ਅਚਾਨਕ ਬਾਹਰ ਪਟਾਕੀ ਦੀ ਆਵਾਜ਼ ਆਈ ਜ਼ੋਰ ਦੀ। ਇਹ ਬੇਟਾ ਭੱਜ ਕੇ ਅੰਦਰ, ਮੈਨੂੰ ਕਹਿੰਦਾ ਪਾਪਾ ਗੋਲੀ ਚੱਲ ਗਈ, ਗੋਲੀ ਚੱਲ ਗਈ। ਮੈਂ ਇਹਨੂੰ ਫੜ ਕੇ ਅੰਦਰ ਖਿੱਚ ਲਿਆ, ਇੱਕ ਮੁੰਡਾ ਹੋਰ ਸੀਗਾ ਉਹਨੂੰ ਵੀ ਅੰਦਰ ਖਿੱਚ ਲਿਆ। ਅਤੇ ਉਹ ਸਰਦਾਰ ਜਿਹੜੇ ਇੱਕ ਸਰਦਾਰ ਸੀ, ਇੱਕ ਹੋਰ ਸੀ ਮੋਟਰਸਾਈਕਲ ਦੇ ਬੰਦੇ ਜਿਹੜੇ, ਉਹ ਇੱਧਰੋਂ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੋਈ ਖੋਹ ਖੂਹ ਕੀਤੀ ਹੈ ਜੋ ਵੀ ਕੀਤਾ, ਉਹ ਇੱਧਰ ਨੂੰ ਸਾਡੇ ਵੱਲ ਨੂੰ ਆਏ ਸੀਗੇ। ਅਤੇ ਜੇ ਜਦੋਂ ਅਸੀਂ ਇੱਧਰ ਨੂੰ ਦੇਖਿਆ, ਉਹ ਇੱਧਰ ਨੂੰ ਬੰਦੇ ਭੱਜ ਗਏ ਸੀਗੇ। ਉਹ ਹਨੇਰਾ ਸੀਗਾ, ਇਹ ਲਾਈਟ ਬੰਦ ਸੀਗੀ, ਆ ਦੇਖੋ ਫਿਰ ਲਾਈਟ ਬੰਦ ਹੋ ਗਈ ਹੈ, ਇੱਥੇ ਫਿਰ ਲਾਈਟ ਬੰਦ ਹੋ ਜਾਂਦੀ ਹੈ। ਉਹ ਲਾਈਟ ਬੰਦ ਕਰਕੇ ਉਹਦਾ ਪਤਾ ਨਹੀਂ ਲੱਗਿਆ ਵੀ 3 ਬੰਦੇ ਸੀ ਜਾਂ 2 ਸੀਗੇ, ਇਹ ਨਹੀਂ ਪਤਾ। ਫਾਇਰ ਉਹਨਾਂ ਨੇ ਕੀਤਾ, ਦੇਖੋ ਜੀ ਜਦ ਫਾਇਰ ਕੀਤਾ, ਹੁਣ ਸਥਾਨਕ ਉਲਝੇ ਵੀ ਉਹਨਾਂ ਦੇ ਨਾਲ, ਉਹ ਬੰਦੇ ਉਲਝੇ ਵੀ ਉਹਨਾਂ ਨਾਲ, ਉਹਨਾਂ ਦੇ ਕਿਸੇ ਸੱਟ ਵੀ ਲੱਗੀ ਹੈ ਥੋੜ੍ਹੀ ਬਹੁਤੀ, ਸਮਝੇ ਨਾ। ਅਤੇ ਬਸ ਉਸ ਤੋਂ ਬਾਅਦ ਉਹ ਉੱਧਰ ਭੱਜ ਗਏ। ਅਸੀਂ ਫਿਰ ਇਹਨਾਂ ਨੂੰ, ਮੈਂ ਅਨਿਲ ਭਾਰਤੀ ਜੀ ਨੂੰ ਫੋਨ ਕੀਤਾ ਕਿ ਇੱਦਾਂ ਦਾ ਕਰਕੇ ਗੱਲ ਹੋ ਗਈ, ਇੱਥੇ ਫਾਇਰ ਹੋ ਗਿਆ ਅਤੇ ਤੁਸੀਂ ਆਓ ਜਲਦੀ। ਬਸ ਇਹਨਾਂ ਨੇ ਫਿਰ ਮੈਨੂੰ ਕਿਹਾ ਮੈਂ 5 ਮਿੰਟ ਤੁਹਾਡੇ ਕੋਲ ਪਹੁੰਚ ਰਿਹਾ। ਉਸੇ ਵੇਲੇ ਮੇਰੇ ਕੋਲ ਪਹੁੰਚ ਗਏ। ਅਸੀਂ ਫਿਰ ਅਚਾਨਕ ਇੱਧਰੋਂ, ਅਸੀਂ ਇੱਧਰ ਥਾਣੇ ਜਾ ਰਹੀ ਰਹੇ ਸੀਗੇ ਅਤੇ PCR ਵਾਲੇ ਸਾਨੂੰ ਇੱਥੇ ਮਿਲ ਗਏ। ਉਹਨਾਂ ਨੇ ਕਿਹਾ ਵੀ, ਅਸੀਂ ਕਿਹਾ ਵੀ ਇੱਦਾਂ ਕਰਕੇ, ਕਹਿੰਦੇ ਸਾਨੂੰ, ਮੈਨੂੰ ਪਤਾ ਲੱਗਿਆ ਹੋਣੀ, ਮੈਂ ਵੀ ਕਹਿੰਦਾ ਉੱਧਰੋਂ ਹੋ ਕੇ ਆਇਆ। ਅਸੀਂ ਕਿਹਾ ਚਲੋ ਦੇਖੋ ਆਓ ਦੇਖੀਏ। ਮੈਂ ਕਿਹਾ ਇੱਥੇ ਜੇ ਫਾਇਰ, ਕਹਿੰਦੇ ਪਟਾਕਾ ਜਿਹਾ ਚੱਲਿਆ ਉਹ ਤਾਂ ਕੋਈ ਗੱਲ ਨਹੀਂ। ਮੈਂ ਕਿਹਾ ਫਾਇਰ ਹੋਇਆ ਜੀ? ਕਹਿੰਦੇ ਨਹੀਂ ਫਾਇਰ ਨਹੀਂ ਹੋਇਆ। ਮੈਂ ਕਿਹਾ ਫਾਇਰ ਹੋਇਆ ਜੀ? ਕਹਿੰਦੇ ਚਲੋ ਆ। ਮੈਂ ਕਿਹਾ ਆਓ ਦੇਖੀਏ ਉੱਥੇ ਮੌਕੇ 'ਤੇ, ਦੇਖਦੇ ਹਾਂ ਵੀ ਸ਼ਾਇਦ ਕੋਈ ਲੱਭ ਜਾਏ ਆਪਾਂ ਨੂੰ। ਪਰ ਅਸੀਂ ਇੱਥੇ ਆਏ ਤਾਂ ਇੱਕ ਰਾਊਂਡ ਸਾਬਤ ਮਿਲਿਆ ਗਿਆ, ਇੱਕ ਖਾਲੀ ਰਾਊਂਡ ਮਿਲ ਗਿਆ। ਨਹੀਂ, ਮਾਲੀਗੰਜ ਚੌਂਕ ਹੈ, ਵਾਰਡ ਨੰਬਰ 60 'ਚ ਪੈਂਦਾ ਮਾਲੀਗੰਜ ਚੌਂਕ। ਇੱਥੇ ਵਪਾਰੀ ਕੰਮ ਜ਼ਿਆਦਾ ਪਏ ਹੈ ਅਤੇ ਇਹ ਕੋਈ ਵਾਰਦਾਤ 10 ਵਜੇ ਦੀ ਵਾਰਦਾਤ ਹੈ। ਅਤੇ ਮੈਨੂੰ ਇੱਥੇ ਆਪਣੇ ਪੰਚਾਇਤ ਤੋਂ ਫੋਨ ਆਇਆ ਵਾ ਕਿ ਕੋਈ ਵਾਰਦਾਤ ਹੋਈ ਹੈ ਅਤੇ ਗੋਲੀ ਗਾਲੀ ਚੱਲੀ ਹੈ। ਅਤੇ ਆ ਕੇ ਦੇਖਿਆ ਤਾਂ ਇੱਕ ਫਾਇਰ ਹੋਇਆ ਹੋਇਆ, ਇੱਕ ਜਿੰਦਾ ਕਾਰਤੂਸ ਮਿਲਿਆ, ਇੱਕ ਉੱਦਾਂ ਚੱਲਿਆ ਹੋਇਆ ਰਾਊਂਡ ਮਿਲਿਆ। ਇਹ ਏਵਨ ਗਾਰਮੈਂਟ ਵਾਲੇ ਹੈ ਆਪਣੇ ਫਲਾਈ ਬਾਜ਼ਾਰ 'ਚ, ਜਿਨ੍ਹਾਂ ਦੇ ਨਾਲ ਇਹ ਹੋਇਆ ਵਾਰਦਾਤ। ਏਵਨ ਗਾਰਮੈਂਟ ਅਮਨਦੀਪ ਜੀ ਹੈ ਜਿਨ੍ਹਾਂ ਦੇ ਉੱਤੇ ਹੋਇਆ ਹਮਲਾ ਹੈ। ਨਾਲ ਹੀ ਪੈਂਦਾ ਵੀ, ਬਸ 200 ਮੀਟਰ ਦੂਰੀ ਪੈਂਦਾ। ਨਹੀਂ ਇਹ ਤਾਂ ਹੁਣ ਕੀ ਕਹਿ ਸਕਦੇ ਹਾਂ ਜੀ, ਆਣਗੇ ਜਦ ਉਹਨਾਂ ਤੋਂ ਪਤਾ ਲੱਗੂਗਾ। ਪੁਲਿਸ ਦੀ ਮੰਨੀਏ ਤਾਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, CCTV ਫੁਟੇਜ ਵੀ ਖੰਗਾਲੇ ਜਾ ਰਹੇ ਨੇ। ਮਾਲੀਗੰਜ ਬਾਜ਼ਾਰ ਜੀ, ਕੀ ਗੱਲਬਾਤ ਹੋਈ ਸੀ ਭਾਈ? ਦੱਸਣ 'ਤੇ ਪਤਾ ਲੱਗਿਆ ਵੀ ਕਿਤੇ ਗੋਲੀ ਚੱਲੀ, ਇੱਥੇ ਕੋਈ ਪੜਤਾਲ ਕਰ ਰਹੇ ਹਾਂ, ਜੇ ਪੜਤਾਲ ਕਰ ਰਹੇ ਹਾਂ ਗੋਲੀ ਚੱਲੀ ਬਾਰੇ ਦੱਸ ਪਤਾ ਲੱਗਿਆ। ਸਾਢੇ 10:45 ਵੱਜ ਗਏ, ਹੁਣ ਤਾਂ ਸੁਬਹਾ ਕੈਮਰੇ ਚੈੱਕ ਹੋਣਗੇ, ਤਾਂ ਪਤਾ ਲੱਗਿਆ। ਨਹੀਂ ਹਜੇ ਕੋਈ ਪਤਾ ਲੱਗਿਆ, ਪੜਤਾਲ ਕਰ ਰਹੇ ਜੀ, ਪੜਤਾਲ ਕਰਨ ਤੋਂ ਬਾਅਦ ਪਤਾ ਲੱਗੂ। ਥਾਣਾ ਅੰਮ੍ਰਿਤਸਰ ਡਿਵੀਜ਼ਨ ਨੰਬਰ 4 ਲੱਗਦੀ, ਪਰ ਪੜਤਾਲ ਕਰ ਰਹੇ, ਪੜਤਾਲ ਕਰਨ ਤੋਂ ਬਾਅਦ ਸਾਰੀ ਗੱਲ ਤੁਹਾਨੂੰ ਦੱਸਾਂਗੇ ਕੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ। ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।